ਇਹ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਇਹ ਰੈਪਰ ਆ ਰਾਇਲ ਕੈਨੇਡੀਅਨ ਮਿੰਟ ਵੱਲੋਂ ਜਾਰੀ ਕੀਤੇ ਗਏ $3 ਦੇ ਕੋਇਨ ਦਾ। ਅਤੇ ਜਿਹੜਾ ਆਪਾਂ ਦੇਖਾਂਗੇ ਬਹੁਤ ਹੀ ਖੂਬਸੂਰਤ ਕੋਇਨ ਆ ਉਹ, ਉਹਦੇ ਉੱਤੇ ਪਰਲਾ ਇਹ ਜਿਹੜੀ ਉਹਦੀ ਬਾਕਸ ਆ, ਬਾਕਸ ਦਾ ਇਹ ਉੱਪਰੋਂ ਰੈਪਰ ਆ। ਅਤੇ ਆਪਾਂ ਪਹਿਲਾਂ ਤੁਹਾਨੂੰ ਇਹ ਦਿਖਾ ਦਿੰਦੇ ਹਾਂ ਥੋੜ੍ਹਾ ਜਿਹਾ, ਆਹ ਦੇਖੋ ਪਿਕਚਰਾਂ ਲੱਗੀਆਂ ਹੋਈਆਂ ਨੇ। ਇਹ ਕਈ ਤਰ੍ਹਾਂ ਇਹ 4-5 ਤਰ੍ਹਾਂ ਦੇ ਕੋਇਨ ਜਾਰੀ ਕੀਤੇ ਗਏ ਸੀ, ਅਤੇ ਉਹਨਾਂ ਵਿੱਚੋਂ ਮੇਰੇ ਕੋਲ ਇਹ ਇੱਕੋ ਹੀ ਕੋਇਨ ਆ। ਅਤੇ ਇੱਕ ਦੇ ਉੱਤੇ ਇਹ ਉੱਲੂ ਦੀ ਪਿਕਚਰ ਸੀ, ਇੱਕ ਤੇ ਆਈ ਦੀ ਕਾਟੋ ਦੀ, ਇੱਕ ਆ ਮੱਛੀ ਵਾਲਾ ਸੀ, ਇੱਕ ਆ ਆਹ ਆਪਣੇ ਕੋਲ ਇਹਦੇ ਵਾਲਾ ਕੋਇਨ ਆ। ਅਤੇ ਆ ਉਹਦੀ ਦੂਸਰੀ ਸਾਈਡ ਜਿਵੇਂ ਤੁਸੀਂ ਦੇਖ ਸਕਦੇ ਹੋ, ਅਤੇ ਆ ਉਹਦਾ ਇੱਧਰਲੀ ਸਾਈਡ ਦਾ ਆਹ ਕੋਈ ਸੀਰੀਜ਼ ਆ ਜਿਹੜੀ ਕੱਢੀ ਸੀ ਇਹਨਾਂ ਨੇ। ਅਤੇ ਇਹ ਕੋਈ ਇੰਨਾ ਖਾਸ ਇੱਧਰ ਤਾਂ ਕੋਈ ਖਾਸ ਨਹੀਂ, ਬਸ ਆਹੀ ਕੁਛ ਆ। ਅਤੇ ਹੁਣ ਉਹ ਸੀਗਾ ਇਹ, ਇਹਦੇ ਵਿੱਚ ਸੀਗੀ ਇਹ ਬਾਕਸ, ਇਹ ਬਾਕਸ ਸੀਗਾ ਉਹਦੇ ਵਿੱਚ। ਅਤੇ ਆਹ ਉਹਦਾ ਸਰਟੀਫਿਕੇਟ ਆ, ਇਹ ਵੀ ਆਪਾਂ ਦੇਖਾਂਗੇ। ਅਤੇ ਆਹ ਇਸ ਤਰ੍ਹਾਂ ਐਂ ਬੰਦ ਸੀ, ਅਤੇ ਇਹ ਉਹਦਾ ਬਾਕਸ ਜਿਹਦੇ ਵਿੱਚ ਕੁਆਇਨ ਸੀ, ਅਤੇ ਇਹ ਇਸ ਤਰ੍ਹਾਂ ਇਹਦੇ ਵਿੱਚ ਸੀਗਾ ਐਂ ਪੈਕਿੰਗ ਇਹ। ਅਤੇ ਇਹ ਉਹ ਕੁਆਇਨ ਜਿਹਦਾ ਆਪਾਂ ਜ਼ਿਕਰ ਕਰਦੇ ਸੀ, ਇਹ ਦੇਖੋ ਇਹ 400 ਪਹਿਲਾਂ ਤਾਂ, ਅਤੇ ਇਹਦੀ ਬਹੁਤ ਖੂਬਸੂਰਤ ਜਿਵੇਂ ਆ ਪੈਕਿੰਗ ਆ ਵਿੱਚ ਇਹਦੀ, ਇਹ $3 ਦਾ ਕੋਇਨ ਗੋਲਡ ਗੋਲਡ ਪਲੇਟਡ। ਆਹ ਦੇਖੋ ਕਿੰਨਾ ਚਮਕਦਾ ਇਹ, ਆਹ ਦੇਖੋ 2010 ਦਾ, 2010 ਦੇਖੋ ਆ ਲਿਖਿਆ ਹੋਇਆ $3 ਕਨੇਡਾ 2010, ਕਾਫੀ ਚਮਕਦਾ ਕੁਆਨ ਆ ਇਹ। ਆ ਦੇਖੋ ਇਹ ਉਹਦੀ ਪਿਕਚਰ ਬਣੀ ਹੋਈ ਹੈ, ਬਹੁਤ ਹੀ ਖੂਬਸੂਰਤ ਕੁਆਨ ਆ ਇਹ। ਅਤੇ ਆਹ ਇਹਦੀ ਨਾਲ ਹੀ ਇਹਦਾ ਸਰਟੀਫਿਕੇਟ ਜਿਹੜਾ ਕਿ ਆਪਾਂ ਦੇਖਦੇ ਹਾਂ, ਇਸ ਕੁਆਨ ਦਾ ਸਰਟੀਫਿਕੇਟ ਇਹ ਤੁਸੀਂ ਪੜ੍ਹ ਸਕਦੇ ਹੋ। ਅਤੇ ਆਹ ਨਾਲ ਆ ਗਿਆ ਫ੍ਰੈਂਚ, ਇਹ ਫ੍ਰੈਂਚ ਲੱਗਦੀ ਆ, ਇਹ ਸਾਰੀ ਫ੍ਰੈਂਚ ਆ ਵੀ। ਅਤੇ ਆਹ ਕੁਆਇਨ ਹੈਗਾ ਇਹ 92.5% ਸਿਲਵਰ ਆ ਅਤੇ ਗੋਲਡ ਪਲੇਟਡ ਆ, ਆਹ ਲਿਖਿਆ ਹੋਇਆ। ਅਤੇ ਇਹ ਸਕੁਏਅਰ ਜਿਵੇਂ ਆਪਾਂ ਦੱਸੇ ਤੁਹਾਨੂੰ 400 ਕੁਆਇਨ ਆ ਇਹ, ਅਤੇ 27 ml ਇਹਦਾ ਘੇਰਾ ਗਾ, ਵੇਟ ਇਹਦਾ 11.71 ਗ੍ਰਾਮ ਹੀ ਆ, ਛੋਟਾ ਕੁਆਇਨ। ਅਤੇ ਆ ਇਹਦੇ ਉੱਤੇ ਦੱਸਿਆ ਜਿਹੜਾ ਡਿਜ਼ਾਇਨ ਕੀਤਾ ਇਹਨੂੰ ਇਸ ਨੇ, ਅਤੇ ਆ ਦੱਸਿਆ ਹੋਇਆ ਸਾਰਾ ਕੁਛ, ਆ ਫ੍ਰੈਂਚ ਦੇ ਵਿੱਚ ਹੀ ਇਹੀ ਸਾਰਾ ਕੁਛ। ਅਤੇ ਇਹ ਵੀ 100% ਗੋਲਡ ਨਹੀਂ ਹੈਗਾ, ਆਹ 100% ਸਿਲਵਰ ਨਹੀਂ, ਅਤੇ ਇਹ 92% ਆ, 92.5% ਆ ਇੰਗਲਿਸ਼ ਵਿੱਚ ਆ, ਉਹੀ ਜਿਹੜਾ ਆਪਾਂ ਦੇਖਦੇ ਸੀ। ਅਤੇ ਇਹ ਤੁਸੀਂ ਪੜ੍ਹ ਸਕਦੇ ਹੋ, ਠੀਕ ਆ। ਅਤੇ ਆ ਨਾਲ ਉਹਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ, ਉਹਦੇ ਬਾਰੇ ਇਨਫੋਰਮੇਸ਼ਨ ਇਹ 15,000 ਕੁਆਨ ਜਾਰੀ ਕੀਤਾ ਸੀ, 2068ਵਾਂ ਨੰਬਰ ਆ ਇਸ ਕੁਆਨ ਦਾ, ਸਰਟੀਫਿਕੇਟ ਪੂਰਾ ਜਾਰੀ ਕੀਤਾ ਹੋਇਆ
ਆਪਣੇ ਕੈਨੇਡੀਅਨ ਗੌਰਮੈਂਟ ਵੱਲੋਂ, ਅਥੋਰਾਈਜ਼ਮੈਂਟ ਵੱਲੋਂ। ਆ ਤੁਸੀਂ ਇੱਕ ਵਾਰੀ ਫੇਰ ਦੇਖ ਸਕਦੇ ਹੋ, ਨਾਲ ਆਪਾਂ ਇਹਦੇ ਕੁਆਇਨ ਵੀ ਰੱਖ ਲੈਂਦੇ ਹਾਂ, ਇਸ ਕੁਆਇਨ ਨੂੰ। ਠੀਕ ਆ, ਇਹ ਕੁਆਇਨ ਵੀ ਆਪਣੀ ਕਲੈਕਸ਼ਨ ਵਿੱਚ ਸ਼ਾਮਿਲ ਆ। ਆ ਦੂਜੇ ਕੁਆਇਨ ਆਪਣੇ ਕੋਲ, ਆ ਇਹਦੇ ਵਾਲਾ, ਆਹਾ, ਇਹ ਤਿੰਨ ਕੁਆਇਨ ਨਹੀਂ ਹੈਗੇ, ਇੱਕੋ ਹੀ ਕੁਆਇਨ ਆਪਣੇ ਕੋਲ। ਅਤੇ ਦੇਖਦੇ ਰਹੋ, ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ। ਹਰਿ ਜੀਓ।